देख रही हैं। हाँ भी ले आजू आजू आ गया गया। और भी क्या ठीक है क्या बताइए क्या बताइए और क्या की फोन आया इस बार कुर्ता पजामा कुर्ता पजामा ठीक है बताइए बताइए भी और भी ठीक है ना ये नाप ले लिए लग भी आड़ी इक्की ले ला खा ला मोटे ओ ले आप बड़े नहीं पहना हाँ नाप ले रहे हैं क्या बात है क्या बात है हैं जोर जोर मारना मेरे छत्ती ले ला ढेर सारा वीडियो बड़ा बड़ा होता है यार मुझे लगता नहीं भी बीता होना मजाक ही करता है यार मजाक ही करता और छत्ती लिख ला भी ठीक है डेटा ठीक है भरा तो हूँ आप ले लिए ना है ये तू लिख ला ठीक है इन्ना ठीक है ओ नहीं भरा ओ नहीं ये तो शेरवानी मार गई सी एक मिनट सैंती लिख भी हाँ हूँ रह गया चलो ठीक है ओ ले पजामा तो रह गया थी चंगा लगेगा एक मिनट ये लिख ला तू साढ़े तीन कर दी साढ़े तीन कर अरे तो रवाज है उसकी ना चल ठीक है फिर बना के कर दिया पा ओ माया मुझे फिर एडवांस एडवांस यार मैं कर चलो चलो कोई गल कोई गल नहीं कोई नहीं कोई चक्कर कोई नहीं कल ले जी ठीक है फिर हाँ ठीक है ओ नाम तो पूछना जी नाम तो पता ही है ਬਈ ਪੋਤਾ ਲੈਣਾ ਸੀ ਉਹਦਾ ਨਾਮ ਹੁਣ ਇਹਦਾ ਕੀ ਜੋੜ ਘਟਾਓ ਕਰਨਾ ਮੈਂ ਉਹਦੇ ਨਹੀਂ ਨਾਮ ਲਿਖ ਲਾ ਉਹਦਾ ਕਾਲੇ ਪਰਨੇ ਵਾਲਾ ਲਿਖ ਲਾ ਕਾਲੇ ਪਰਨੇ ਵਾਲਾ ਉਹ ਅਮਰੀਕਾ ਪਾਪਾ ਉਹ ਇੱਕ ਨਾਮ ਮੈਂ ਕਾਲਾ ਪਰਨਾ ਠੀਕ ਆ ਹੁਣ ਕਾਲਾ ਪਰਨਾ ਠੀਕ ਆ ਬਸ ਫਿਰ ਨਾਲੇ ਗੰਦ ਉਹ ਜਿਹੜੀ ਜੱਫੀਆਂ ਪਾਉਣਾ ਉਹ ਚੰਗੀ ਗੱਲ ਆ ਉਹ ਪਹਿਲਾਂ ਵੀ ਤਾਂ ਕੁੱਟ ਪਵਾਈ ਸੀਗੀ ਕਿਹੜੀ ਕੁੱਟ ਪਵਾਈ ਉਹ ਨਾਪਾ ਦੇ ਜੀ ਉਹ ਕਰ ਲਓ ਆਹ ਕਰ ਲਓ ਓਹੋ ਉਹ ਬੀਬੀ ਜੀ ਨਾਲ ਜਿਹੜਾ ਉਹਦਾ ਨਾਲ ਉਹਨਾਂ ਦਾ ਫੋਨ ਵੀ ਕਰ ਗਿਆ ਸੀਗਾ ਵੀ ਉਹੀ ਕੰਮ ਨਾ ਕਰੇ ਪੰਗਾ ਪਵਾ ਦੀ ਭਰਾਵਾ ਨਹੀਂ ਉਹਨਾਂ ਨਾਲ ਤਾਂ ਪ੍ਰੇਮ ਆਪਣਾ ਪ੍ਰੇਮ ਉਹਨਾਂ ਦੇ ਨਾਲ ਤੂੰ ਘੱਟ ਬੋਲਿਆ ਕਰ ਤੂੰ ਦੱਸ ਉੱਤੇ ਚੜ ਜਾਣਾ ਤੂੰ ਮੈਨੂੰ ਰੱਖਿਆ ਮੈਂ ਤੈਨੂੰ ਰੱਖਿਆ ਤੂੰ ਮੇਰੇ ਕੋਲ ਨਹੀਂ ਗਾ ਹੁੰਦੀ ਆਪਦੀ ਕੁੱਟ ਖਾ ਲਿਆ ਕਰ ਭਰਾਵਾ ਚੱਲ ਚੱਲ ਕੰਮ ਕਰੀਏ ਉਹਨਾਂ ਨੇ ਤੂੰ ਓਏ ਥੋੜੇ ਖਿਆਲ ਕਰੀਦਾ ਹੁੰਦਾ ਵਾ ਕੋਈ ਬੰਦਾ ਖੜਾ ਦਾ ਤੂੰ ਤੈਨੂੰ ਮੈਂ ਰੱਖਿਆ ਜਾਂ ਤੂੰ ਮੈਨੂੰ ਰੱਖਿਆ ਰੱਖਿਆ ਦਾ ਤੁਸੀਂ ਵੀ ਆ ਪਰ ਕੁੱਟ ਥੋੜੀ ਮੈਂ ਖਾਣੀ ਦੇ ਬੋਲਦਾ ਦੇ ਕਿਵੇਂ ਆ ਬਜਵਾ ਦੇ ਕਿਵੇਂ ਚਲਦੀ ਐ ਦੀ ਚਾਹ ਪੀ ਆਵਾਂ ਪਰ ਚਾਹ ਪੀ ਗਿਆ ਚਾਹ ਪੀ ਆਵਾਂ ਹੋਰ ਕੋਈ ਕੰਮ ਆ ਸਾਲਾ ਕਈ ਰੋਟੀ ਖਾ ਲੋ ਕੋਈ ਚਾਹ ਪੀ ਲੋ ਉਹ ਕੰਮ ਕੌਣ ਕਰੂਗਾ ਇੱਥੇ ਅਲਾ ਇੱਕ ਤਾਂ ਧਾਗਾ ਨਹੀਂ ਪੈਂਦਾ ਪੈ ਗਿਆ ਹੈ ਪਿਆਰੀ ਕਟੋਰਾ ਯਾਰ ਇੱਕ ਨਿਗਾ ਪੈ ਗਿਆ ਐਵੇਂ ਕਿਵੇਂ ਦੇਖਾ ਗੁੱਡ ਲੈ ਆਹ ਸਾਲਾ ਧੱਕਾ ਫਸ ਗਿਆ ਇੱਕ ਚੋਂ ਨਿਕਲਦੇ ਆ ਦੂਏ 'ਚ ਫਸ ਜਾਂਦੇ ਆ ਯਾਰ ਮੈਂ ਤਾਂ ਹੈਰਾਨ ਹੋ ਗਿਆ ਯਾਰ ਦੱਸ ਘਰੇ ਆ ਬਾਈ ਹਾਂ ਹਾਂ ਜੀ ਭਾਜੀ ਹਾਂ ਆਜੋ ਆਜੋ ਬਾਈ ਜੀ ਕੀ ਹਾਲ ਆ ਚੱਲ ਸ਼ੁਕਰ ਆ ਤੁਸੀਂ ਮਿਲੇ ਯਾਰ ਆਜੋ ਹੋਰ ਜੀ ਠੀਕ ਠਾਕ ਕੀ ਖਾਓਗੇ ਉਹ ਖਾਵਾਂਗੇ ਤਾਂ ਠੀਕ ਆ ਇੱਧਰ ਬਾਈ ਜੀ ਮੈਂ ਹਾਂ ਹਾਂ ਬਸ ਆਪ ਤੱਕ ਯਾਰ ਸਵੇਰ ਲੈ ਦੱਸ ਮਸਾਂ ਪਿਆ ਸੀ ਉਹ ਯਾਰ ਹਾਂਜੀ ਕੀ ਹਾਲ ਨੇ ਉਹ ਬਹੁਤ ਮੁਬਾਰਕਾਂ ਮੁਬਾਰਕਾਂ ਤਾਂ ਪਰਸੋਂ ਵਿਆਹ ਆਇਆ ਮੇਰਾ ਯਾਰ ਕਾਰਡ ਤੁਹਾਡਾ ਹਾਲ ਤੱਕ ਨਹੀਂ ਆਇਆ ਉਹ ਭਾਜੀ ਸਾਰੇ ਕੱਪੜੇ ਤੁਹਾਡੇ ਤੋਂ ਬਣਵਾਇਆ ਦੱਸੋ ਮੇਰਾ ਅੱਛਾ ਓਏ ਆ ਮੇਰੇ ਥੋੜਾ ਨੇ ਤੁਸੀਂ ਹੋਰ ਹੀ ਕਿਤੇ ਉਹ ਨਹੀਂ ਕਿੱਥੇ ਗਿਆ ਉਹ ਭਾਜੀ ਉਹ ਮੁੰਡਾ ਚਾਹ ਪੀਣ ਗਿਆ ਭਾਜੀ ਬਰਾਤ ਚੜਨਾ ਮੈਂ ਕੋਈ ਗੱਲ ਨਹੀਂ ਵੀਰ ਖੁਸ਼ੀ ਵਾਲਾ ਮੌਕਾ ਹੈ ਯਾਰ ਸਾਰਾ ਪਰਿਵਾਰ ਆਊਗਾ ਸਾਡਾ ਕੋਈ ਚੱਕਰ ਨਹੀਂ ਹੈਗਾ ਸੂਟ ਮੇਰਾ ਸੀਵੋਗੇ ਕਿ ਨਹੀਂ ਸੂਟ ਤੇਰਾ ਵੀਰ ਸੀਤਾ ਸੂਟ ਤੇਰਾ ਸੀਤਾ ਬਸ ਆਪਾਂ ਉਹ ਪ੍ਰੈਸ ਕਰਨਾ ਜਿਹਾ ਦਿੱਤਾ ਹੋਇਆ ਉਹ ਤੁਸੀਂ ਮੇਰਾ ਕੰਮ ਮੈਨੂੰ ਪਤਾ ਜਦੋਂ ਡਰਾਮੇ ਤੁਸੀਂ ਕਰੀ ਜਾਂਦੇ ਹੋ ਮੈਨੂੰ ਦਿਖਾਓ ਤੁਸੀਂ ਮਾੜਾ ਜਿਹਾ ਕਿਵੇਂ ਜਿਹਾ ਬਣਿਆ ਦਿਖਾ ਦਿੰਦੇ ਹਾਂ ਵੀਰ ਪਤਾ ਕੀ ਗੱਲ ਆ ਪਹਿਲੀ ਗੱਲ ਤਾਂ ਦੇਖੋ ਤੁਹਾਡੇ ਲਈ ਬੜੀ ਗਲਤ ਗੱਲ ਆ ਇਹ ਵੀ ਤੁਸੀਂ ਵਿਆਹ ਪਰਸੋਂ ਪਿਆ ਏ ਤੁਸੀਂ ਇੱਥੇ ਹੀ ਕਰਦੇ ਯਾਰ ਤੁਹਾਡੇ ਗਾਣਾ ਨਹੀਂ ਬੰਨਿਆ ਹੋਇਆ ਉਹ ਭਾਜੀ ਗਾਣਾ ਬੰਨਿਆ ਮੇਰੀ ਗੱਲ ਤਾਂ ਸੁਣੋ ਤੁਸੀਂ ਸੂਟ ਤਾਂ ਦਿਖਾਓ ਮੈਂ ਉਹ ਮੈਂ ਘੋੜੀ ਚੜਨਾ ਭਾਜੀ ਉਹ ਘੋੜੀ ਚੜ ਕੇ ਕੀ ਕਰੇਗਾ ਘੋੜੀ ਤੋਂ ਬਾਅਦ ਕੀ ਟੈਨਸ਼ਨਾਂ ਸਾਲੀਆਂ ਹੋਰ ਇਹ ਗੱਲਾਂ ਦੱਸ ਉਹ ਤੁਸੀਂ ਬਣਾਇਆ ਸੂਟ ਮੇਰਾ ਕਿ ਨਹੀਂ ਸੂਟ ਬਣਾਇਆ ਵੀਰ ਮੈਂ ਮਖੌਲ ਕਰਦਾ ਸੀ ਵਿੱਕੀ
ਉਹ ਪਾਜੀ ਮੁੰਡਾ ਤਾਂ ਚਲੇ ਗਿਆ ਮੋਟਰਸਾਈਕਲ ਤੇ ਜਿਹੜਾ ਤੁਹਾਡੇ ਨਾਲ ਵਿੱਕੀ ਸ਼ਿੱਕੀ ਜਿਹੜਾ ਰੱਖਿਆ ਤੁਸੀਂ ਥੋੜੀ ਚਾਹ ਉਹ ਪਾਜੀ ਚਾਹ ਤਾਂ ਪੀਓਗੇ ਉਹ ਤੁਸੀਂ ਮੈਨੂੰ ਦਰਸ਼ਨ ਕਰਾਓ ਮੇਰਾ ਕੱਪੜਾ ਟਰਾਕੀ ਬਣਿਆ ਕਿ ਨਹੀਂ ਬਣਿਆ ਪਹਿਲਾਂ ਤੁਸੀਂ ਠੰਡੇ ਹੋਵੋ ਇੱਕ ਤਾਂ ਗਰਮੀ ਉੱਪਰ ਰਹਿਣੀ ਆ ਉੱਪਰ ਬਣ ਗਿਆ ਮਤਲਬ ਬਣ ਗਿਆ ਹਾਂ ਬਣ ਗਿਆ ਤੁਹਾਡਾ ਬਣ ਗਿਆ ਚਲੋ ਮੰਗਵਾਓ ਫਿਰ ਮੈਂ ਦੇਖਣਾ ਪਾ ਕੇ ਆਉਂਦਾ ਮੁੰਡਾ ਆਉਂਦਾ ਹੋਰ ਕੀ ਪੀਓਗੇ ਉਹ ਪਾਜੀ ਬੇਨਤੀ ਹੈ ਤੁਸੀਂ ਮੇਰਾ ਸੂਟ ਹੀ ਦੇ ਦਿਓ ਕੋਲਾ ਪੀਣਾ ਕੋਲਾ ਠੰਡਾ ਹੁੰਦਾ ਓ ਨਹੀਂ ਨਹੀਂ ਪਾਜੀ ਕੁਝ ਨਹੀਂ ਪੀਣਾ ਤੁਸੀਂ ਮੇਰਾ ਸੂਟ ਉਹ ਭਾਜੀ 33 ਸਾਲਾਂ ਦਾ 34 ਦਾ ਮੈਂ ਹੋ ਗਿਆ ਮੇਰਾ ਵਿਆਹ ਮਸੀ ਹੋਇਆ ਕਿਤੇ ਤੁਸੀਂ ਉਹ ਵੀ ਮੈਨੂੰ ਲੱਗਾ ਚਲੋ ਮੁਬਾਰਕਾਂ ਤੁਹਾਨੂੰ ਵਾਹ ਬਹੁਤ ਉਹ ਭਾਜੀ ਕਿਧਰ ਗੱਲਾਂ ਲਈ ਜਾਏ ਜਾਂਦੇ ਤੁਸੀਂ ਆ ਕਰਦਾ ਪਤਾ ਇਹ ਕੀ ਆ ਨਹੀਂ ਹੋ ਗਿਆ ਤੁਹਾਡਾ ਜਾ ਕੇ ਉੱਠ ਕੇ ਭਾਜੀ ਮੈਨੂੰ ਦਿਖਾਓ ਸੀ ਕਿਹੜਾ ਬਣਵਾਇਆ ਕਿਹੜਾ ਤੁਸੀਂ ਤੁਸੀਂ ਤਾਂ ਹੱਥੀ ਪੈ ਗਏ ਬੰਦੇ ਨਹੀਂ ਨਹੀਂ ਤੁਸੀਂ ਇੱਥੇ ਹੀ ਪਿਆ ਸੀ ਮੈਂ ਤਾਂ ਮਖੌਲ ਕਰਦਾ ਭਰਾਵਾ ਤੈਨੂੰ ਆ ਲੈ ਐ ਉਹ ਸ਼ਰਮ ਕਰ ਲਓ ਸ਼ਰਮ ਕਰ ਲਓ ਉਹ ਨਹੀਂ 3 ਪੀਸ ਬਣਾਇਆ ਆਪਾਂ ਤੁਹਾਡਾ 3 ਪੀਸ ਹਾਂ 1 ਪੀਸ ਆ ਇਹਦੇ ਚ ਉਹ ਇੱਕ ਇਹ ਭਾਜੀ ਹੈ ਕੀ ਪਤਾ ਤੁਹਾਨੂੰ ਮੇਰੀ ਗੱਲ ਸੁਣੋ ਆ ਲਾਸਟਿਕ ਨਿਕਲ ਜਾਣੀ ਆ ਉਹਨੇ ਦੱਸ ਕਰਤਾ ਨਾ ਉਹੀ ਕੰਮ ਆ ਲਾਸਟਿਕ ਅੰਦਰ ਵੜ ਗਈ ਦੱਸੋ ਹੁਣ ਕੌਣ ਕਰੂਗਾ ਭਾਜੀ ਤੁਸੀਂ ਜੇ ਬਣਵਾਇਆ ਦੱਸ ਦਿਓ ਜੇ ਨਹੀਂ ਬਣਵਾਇਆ ਤਾਂ ਵੀ ਦੱਸ ਦਿਓ ਬਣਾਇਆ ਵੀਰ ਮੈਂ ਕੋਈ ਹੋਰ ਹੱਲ ਕਰ ਲਵਾਂ ਕਿਉਂ ਹੋਰ ਹੱਲ ਕਰੋਗੇ ਤੁਸੀਂ ਨਹੀਂ ਤੁਸੀਂ ਯਾਰ ਮੈਨੂੰ ਦਿਖਾਓ ਪਹਿਲਾਂ ਜਦ ਆਪਾਂ ਤੁਸੀਂ ਆਰਡਰ ਸਾਨੂੰ ਦਿੱਤਾ ਤੁਸੀਂ ਹੋਰ ਕਿਉਂ ਕਰੋਗੇ ਤੁਸੀਂ ਮੈਨੂੰ ਭਾਜੀ ਤੁਸੀਂ ਮੈਨੂੰ ਦਿਖਾਓ ਲਿਆ ਕੇ ਦਿਖਾਓ ਮੈਂ ਤੁਹਾਨੂੰ ਦਿਖਾ ਦਿੰਦਾ ਪਰ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਯਾਰ ਤੁਸੀਂ ਤਾਂ ਯਾਰ ਮਤਲਬ ਉਹ ਨਹੀਂ ਨਹੀਂ ਯਾਰ ਤੁਸੀਂ ਹੁਣ ਡਰਾਮੇ ਕਰ ਰਹੇ ਹੋ ਭਾਜੀ ਨਹੀਂ ਹੈ ਡਰਾਮੇ ਕਰ ਰਹੇ ਤੁਸੀਂ ਡਰਾਮੇ ਮੈਂ ਕੋਲ ਡਰਾਮੇ ਕਰ ਰਹੇ ਤੁਹਾਡੇ ਨਾਲ ਇਹ ਹੋਰ ਕੀ ਕਰ ਰਹੇ ਹੋ ਤੁਸੀਂ ਸਾਨੂੰ ਐਡਵਾਂਸ ਦਿੱਤਾ ਅਸੀਂ ਤੁਹਾਡੇ ਨਾਲ ਡਰਾਮੇ ਕਰਾਂਗੇ ਕਮਾਲ ਹੋ ਗਈ ਉਹ ਭਾਜੀ ਜੇ ਬਣਿਆ ਨਹੀਂ ਬਣਿਆ ਤਾਂ ਵੀ ਦੱਸ ਦਿਓ ਦੇਖੋ ਦੁਕਾਨ ਤੇ ਰੌਲਾ ਨਾ ਪਾਓ ਠੀਕ ਹੈ ਨਾ ਸਾਡੀ ਦੁਕਾਨ ਕੋਈ ਓਏ ਆਹੋ ਬਿਨਾ ਛੱਤ ਵਾਲੀ ਦੁਕਾਨ ਆ ਤੁਹਾਡੀ ਛੱਤ ਵਾਲੀ ਦੁਕਾਨ ਆ ਸਾਡੀ 20 ਸਾਲ ਹੋ ਗਏ ਸਾਨੂੰ ਹਾਂ 20 ਸਾਲ ਹੋ ਗਏ ਵੋਟ ਪਾਉਂਦੇ ਨੂੰ ਗੱਲ ਕਰਦੇ ਤੁਸੀਂ ਭਾਜੀ ਜਦੋਂ ਨਹੀਂ ਕਹਿੰਦਾ ਦੁਕਾਨ ਪੁਰਾਣੀ ਆ ਪਰ ਤੁਸੀਂ ਇੱਕ ਵਾਰ ਨਾ ਦਿਖਾ ਦਿਓ ਮੈਨੂੰ ਕੀ ਦਿਖਾਉਣਾ ਤੁਹਾਨੂੰ ਜਿਹੜਾ ਬਣਿਆ ਬੜਾ ਦਿਖਾਤਾ ਦੋ ਅੱਛਾ ਮੀਟ ਬਣਾਇਆ ਕਰੇ ਸੀ ਅੱਜ ਉਹ ਭਾਜੀ ਮੈਂ ਕੀ ਹੋ ਗਿਆ ਸੂਟ ਦਿਖਾਓ ਮੈਨੂੰ ਸੂਟ ਸੂਟ ਵੀ ਦਿਖਾ ਦਿੰਦੇ ਆ ਇੰਨੀ ਕਾਲੀ ਕਿਉਂ ਆ ਲੈ ਦੱਸ ਵਿਆਹ ਵਿਆਹ ਉਹ ਆ ਜਾ ਵਿੱਕੀ ਆਉਂਦਾ ਜੀ ਵਿੱਕੀ ਆਉਂਦਾ ਕੋਈ ਵਿੱਕੀ ਨਹੀਂ ਆਉਣਾ ਕੋਈ ਛਿੱਕੀ ਨਹੀਂ ਆਉਣਾ ਹੈ ਮੈਨੂੰ ਪਤਾ ਆ ਉਹ ਵੀ ਤੁਹਾਨੂੰ ਗਾਲਾਂ ਕੱਢਦਾ ਜਾਂਦਾ ਪਿਆ ਸੀ ਕਿਉਂ ਅੱਛਾ ਹੋਰ ਤੁਹਾਡੀ ਓਏ ਇੱਕ ਮਿੰਟ ਮੈਂ ਬੈਠੋ ਤੇ ਉਹ ਭਾਜੀ ਪਹਿਲਾਂ ਮੇਰਾ ਹੱਲ ਕਰ ਦਿਓ ਮੈਂ ਜਾਵਾਂ ਅੱਛਾ ਵੀਰ ਗੱਲ ਪਤਾ ਕੀ ਹੋ ਗਈ ਦੇਖੋ ਪਰਸੋਂ ਵਿਆਹ ਜੀ ਜੀ ਪਰਸੋਂ ਆਪਾਂ ਨੂੰ ਕੱਲ੍ਹ ਤੱਕ ਤੁਹਾਡਾ ਸੂਟ ਜਿਹੜਾ ਰੈਡੀ ਹੋਊਗਾ ਨਹੀਂ ਮਤਲਬ ਬਣਿਆ ਨਹੀਂ ਨਹੀਂ ਬਣਿਆ ਉਹ ਸਾਰਾ ਕੁਛ ਬਣਿਆ ਪਿਆ ਕਮਾਲ ਹੋ ਗਈ ਉਹ ਬਸ ਸਾਲੀ ਨਾ ਰੀਲ ਨਹੀਂ ਮਿਲੀ ਉਹਦੇ ਨਾਲ ਦੀ ਅੱਛਾ ਕੱਟਿਆ ਪਿਆ ਬਸ ਉਹ ਰੀਲ ਮਿਲ ਜੇ ਕਰੇ ਅੱਛਾ ਚੱਕਾਂਗੇ ਫੱਟੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਹੁਣ ਗੱਲ ਪਤਾ ਕੀ ਆ ਹਾਂਜੀ ਹੁਣ ਇੱਕ ਛੋਟਾ ਜਿਹਾ ਕੰਮ ਹੋਣਾ ਆ ਹਾਂ ਹਾਂ ਹੈਨਾ ਜਿਵੇਂ ਛੋਟੀ ਜਿਹੀ ਰੀਲ ਨਹੀਂ ਮਿਲੀ ਨਾ ਛੋਟੀ ਜਿਹੀ ਹੁੰਦੀ ਕਿੰਨੇ ਦੀ ਹੁੰਦੀ ਉਹ ਹੋਣੀ ਆ 2-3 ਰੁਪਏ ਦੀ 2-3 ਰੁਪਏ ਦੀ ਹੈਨਾ ਉਹ ਛੋਟੀ ਜਿਹੀ ਰੀਲ ਆ ਹੁਣ ਛੋਟੀ ਜਿਹੀ ਰੀਲ ਨੇ ਪਤਾ ਕੀ ਕਰਨਾ ਹੁਣ ਹੁਣ ਦੇਖਿਓ ਬਰਾਤ ਸਾਰੀ ਇੱਥੇ ਆਊਗੀ ਤਾਂ ਚਪੇੜਾ ਪੈਣੀ ਆ ਹੁਣ ਤੁਹਾਡੇ ਮੈਂ ਚੱਲਿਆ ਹੁਣੇ ਮੈਂ ਲੈ ਕੇ ਆਉਣਾ ਤੈਨੂੰ ਵੀਰ ਉਹ ਮੇਰੀ ਗੱਲ ਤਾਂ ਸੁਣ ਉਹ ਉਸਤਾਦ ਉਹ ਇਹ ਦੱਸ ਬਰਾਤ ਆਊਗੀ ਬਰਾਤ ਆਊਗੀ ਮੈਂ ਸਮਝਿਆ ਨਹੀਂ ਗੱਲ ਮੈਨੂੰ ਲੱਗਦਾ ਬਰਾਤ ਦੇ ਸਾਰੇ ਸੂਟ ਇੱਥੇ ਸਵਾਉਣਗੇ ਚਲੋ ਸਾਨੂੰ ਕੀ ਆ ਸਾਡੇ ਕੋਲ ਤਾਂ ਅੱਗੇ ਬੜੇ ਰਸ ਲੱਗਿਆ ਪਿਆ ਉਹ ਆ ਜਾ ਵੀ ਕੀ ਉਹ ਕੀ ਹੋ ਗਿਆ ਭੋਲੀ ਨੂੰ ਬੰਦੇ ਇਕੱਠੇ ਕਰੀ ਜਾਂਦਾ ਉਹ ਬਰਾਤ ਵਾਲਾ ਜਿਹੜਾ ਜਿਹਨੂੰ ਜਿਹੜਾ ਆਰਡਰ ਦੇ ਕੇ ਗਿਆ ਆਹੋ ਮੈਨੂੰ ਦੱਸਿਆ ਉਹਨੇ ਸੂਟ ਆਪਣੇ ਕਿਉਂ ਆਉਣੇ ਸਾਰੇ ਬਰਾਤ ਦੇ ਬਰਾਤ ਇਹਦਾ ਹੁਣ ਟਾਈਮ ਤੇ ਹੀ ਦੱਸਾਂਗਾ ਤੁਹਾਨੂੰ ਕਿਉਂ ਉਹ ਬੰਦੇ ਦੂਜੇ ਇਕੱਠੇ ਕਰੀ ਜਾਂਦਾ ਸਾਰੇ ਗੈਂਗਸਟਰ ਕਹਿੰਦਾ ਹਾਂਜੀ ਨਹੀਂ ਫਿਰ ਕੱਪੜਾ ਦੇ ਕੇ ਜਾਣਗੇ ਕੱਪੜਾ ਤਾਂ ਮੈਨੂੰ ਤਾਂ ਨਹੀਂ ਲੱਗਦਾ ਕੱਪੜਾ ਕੱਪੜੇ ਪਾੜ ਕੇ ਜ਼ਰੂਰ ਜਾਣਗੇ ਕੱਪੜੇ ਪਾੜ ਕੇ ਜਾਣਗੇ ਸਾਡੇ ਕੋਲ ਤਾਂ ਅੱਗੇ ਹੀ ਨੇ ਸਮਾਨ ਸਫਾਈ ਕਰਨ ਨੂੰ ਲੀਲਾ ਨਹੀਂ ਹੈਗੀਆਂ ਕੱਪੜੇ ਕਿਉਂ ਪਾੜ ਕੇ ਜਾਣਗੇ ਉਹ ਇਹਦਾ ਹੁਣ ਤੁਸੀਂ ਟਾਈਮ 'ਤੇ ਦੇਖਿਓ ਕਿਉਂ ਉਹ ਬੰਦੇ ਬਾਹੂ ਇਕੱਠੀ ਕਰੀ ਫਿਰਦਾ ਵਾ ਤਾਂ ਮੇਰਾ ਕਦ ਦੇਖਿਆ ਰਫਲ ਅੱਡੀ ਉਹਨਾਂ ਕੋਲ ਫਿਰ ਕੀ ਕਰੀਏ ਹੁਣ ਦੁਕਾਨ ਬੰਦ ਕਰੀਏ ਫਿਰ ਆਪਾਂ ਦੁਕਾਨ ਬੰਦ ਦੇਖ ਲਓ ਮੇਰਾ ਚਾਹ ਪੀ ਕੇ ਮੇਰਾ ਚੱਲ ਜਾਣਾ ਹੁਣ ਮੈਨੂੰ ਸਾਲਾ ਚਾਹ ਦੀ ਲੱਗੀ ਰਹਿੰਦੀ ਸਵੇਰੇ ਚਾਹ ਸ਼ਾਮ ਨੂੰ ਚਾਹ ਪੀ ਕੇ ਆਇਆ ਹੁਣ ਮੈਂ ਚਾਹ ਪੀ ਕੇ ਆਇਆ ਹੁਣ ਚਾਹ ਪੀ ਕੇ ਹੋਰ ਮੈਂ ਦੇਖਦਾ ਮੇਰਾ ਨਿਕਲਦਾ ਕਰਕੇ ਤੁਸੀਂ ਆ ਤਾਂ ਜਿਵੇਂ ਮਰਜ਼ੀ ਕਰੋ ਤੂੰ ਪਹਿਲਾਂ ਦੁਕਾਨ ਤਾਂ ਚੁਕਾ ਆਪਣੇ ਨਾਲ ਦੁਕਾਨ ਚੁਕਾ ਦੁਕਾਨ ਚੁਕਾ ਚੱਲ 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 ਆਵਾ